मैं धन्नवाद करना चाहना मेरी विधानसभा दे उन्हां लोकां दा उन्हां वोटरां दा जिन्हां ने अपने इस भरा नूं अपने पुत नूं चुन के विधानसभा दीआं पौड़ियां चढ़न दा मौका दित्ता। सो मैं हमेशा हरिणी रहांगा, हमेशा नतमस्तक रहांगा भदौड़ दे हर एक उस वोटर दा जिन्हें मेहनत दे नाल अपने लोकां दे फैसले लैण दे लई सानूं जिहड़ा पंजाब दी विधानसभा दे विच भेजिआ। पर उस तो बाद जिहड़ा तीन दिन पहला प्रताप सिंह बाजवा जी जिहड़े कांग्रेस दे बड़े पुराने आगू आ, बड़े सीनियर नेता, सो उहनां दा इक बयान आउंदा ते उह कहिंदे आ कि विधानसभा दे विच साडे सामने कौन लोक आ के बैठ गए ने। ते उहनां दे बयान दे विच उह कहिंदा कि इह निक्के निक्के घरां दे विचों आए होए इक मोबाइल रिपेयर करन वाले, मतलब उहनां दी सोच उहनां दी मानसिकता तुसीं उहनां दे शब्दां दे विचों पकड़ सकदे हो कि किस तरां उस बंदे दे दिमाग दे विच किरत करन वाले लोकां दे प्रति जां दलित समाज दे प्रति किन्ना गुस्सा भरिया होऊ जिहड़ा उहने अपने एक अद्धे मिंट दी वीडियो दे विच ਉਹ ਜ਼ਹਿਰ ਉਗਲਿਆ ਉਹਨਾਂ ਕਿਰਤੀ ਲੋਕਾਂ ਦੇ ਲਈ, ਉਹਨਾਂ ਮਜ਼ਦੂਰਾਂ ਦੇ ਲਈ ਜਾਂ ਉਹਨਾਂ ਜਿਹੜੇ ਦਲਿਤ ਸਮਾਜ ਦੇ ਲੋਕ ਨੇ ਉਹਨਾਂ ਦੇ ਲਈ। ਸੋ ਉਹਨਾਂ ਦੀ ਇਸ ਸੋਚ ਨੂੰ ਲੈ ਕੇ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਸੋ ਮੈਂ ਇਹ ਚੀਜ਼ ਦਾ ਤੁਹਾਡੇ ਸਾਹਮਣੇ ਮੈਂ ਬਿਆਨ ਕਰਦਾ ਕਿ ਮੈਨੂੰ ਕੋਈ ਦੁੱਖ ਨਹੀਂ ਉਸ ਚੀਜ਼ ਦਾ। ਜੇਕਰ ਪ੍ਰਤਾਪ ਸਿੰਘ ਬਾਜਵਾ ਇੰਡੀਵਿਜੁਅਲ ਮੈਨੂੰ ਬੋਲਦੇ ਇਕੱਲੇ ਨੂੰ ਤਾਂ ਸ਼ਾਇਦ ਉਹ ਚੀਜ਼ ਮੈਂ ਜਰ ਲੈਂਦਾ ਕਿ ਉਹਨੇ ਲਾਭ ਸਿੰਘ ਗੁੱਗੋ ਕੇ ਨੂੰ ਕਿਹਾ ਤੇ ਮੈਂ ਉਮਰ 'ਚ ਬੜਾ ਛੋਟਾ ਉਹਨਾਂ ਤੋਂ ਤੇ ਉਹ ਕਈ ਵਾਰੀ ਬਜ਼ੁਰਗਾਂ ਤੋਂ ਇਸ ਉਮਰ 'ਚ ਗਲਤੀਆਂ ਹੋ ਜਾਂਦੀਆਂ ਤੇ ਮੈਂ ਸ਼ਾਇਦ ਉਸ ਚੀਜ਼ ਨੂੰ ਜਰ ਲੈਂਦਾ। ਪਰ ਇਸ ਧਰਤੀ ਤੋਂ ਜਿਹੜਾ ਸੰਦੇਸ਼ ਮਿਲਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ, ਸੋ ਕਿੰਨਾ ਨੂੰ ਮਾੜਾ ਕਿਹਾ ਪ੍ਰਤਾਪ ਬਾਜਵਾ ਨੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਗੱਲ ਸਾਡੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਆ, ਜਿਹੜੀ ਕਿਰਤ ਦੀ ਗੱਲ ਬਾਬੇ ਨਾਨਕ ਨੇ ਕੀਤੀ ਆ, ਉਸ ਕਿਰਤ ਨੂੰ ਪੂਰੇ ਮੀਡੀਆ ਦੇ ਸਾਹਮਣੇ ਪ੍ਰਤਾਪ ਸਿੰਘ ਬਾਜਵਾ ਇੱਕ ਦਿਮਾਗੋ ਪੈਦਲ ਦੀ ਤਰ੍ਹਾਂ ਗੱਲਬਾਤ ਕਰ ਰਿਹਾ ਕਿ ਉਹ ਉਸ ਕਿਰਤ ਨੂੰ ਭੰਨ ਰਿਹਾ ਜਿਹਨੂੰ ਬਾਬੇ ਨਾਨਕ ਜੀ ਨੇ ਵੀ ਸਰਾਹਿਆ। ਸੋ ਅੱਜ ਮੀਡੀਆ ਦੇ ਕਰਮੀ ਸਾਥੀ ਸਾਹਮਣੇ ਖੜੇ ਆ, ਅੱਜ ਕੈਮਰਿਆਂ ਨੂੰ ਇਹ ਚਲਾ ਰਹੇ ਆ, ਕੁਛ ਆਪਣੀ ਕਲਮ ਦੇ ਨਾਲ ਕੰਮ ਕਰਨਗੇ, ਕੱਲ ਨੂੰ ਕੁਛ ਜਾ ਕੇ ਪ੍ਰਿੰਟ ਮੀਡੀਆ ਦੇ ਵਿੱਚ ਮਸ਼ੀਨਾਂ ਦੇ ਕੰਮ ਕਰਕੇ ਛਾਪਣਗੇ। ਸੋ ਕੌਣ ਲੋਕ ਨੇ ਇਹ ਜਿਹੜੇ ਲੋਕ ਕਿਰਤ ਕਰਦੇ ਨੇ? ਸੋ ਮੈਂ ਵੀ ਆਪਣੇ ਪਿੰਡ ਮੋਬਾਈਲ ਰਿਪੇਅਰ ਦੀ ਦੁਕਾਨ ਕਰਕੇ 6 ਮਹੀਨਿਆਂ ਦਾ ਇੱਕ ਕੋਰਸ ਕਰਕੇ ਤਾਂ ਮੈਂ ਆਪਣੀ ਦੁਕਾਨ ਚਲਾ ਰਿਹਾ ਸੀ, ਤਾਂ ਕਿ ਜਿਹੜਾ ਦਸਾਂ ਨੌਹਾਂ ਦੀ ਕਿਰਤ ਦੇ ਨਾਲ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਅਸੀਂ ਕਰ ਸਕੀਏ। ਪਰ ਆਮ ਆਦਮੀ ਪਾਰਟੀ ਆਈ, ਇੱਕ ਸੋਚ ਆਈ, ਅਸੀਂ ਉਸ ਸੋਚ ਦੇ ਨਾਲ ਜੁੜੇ, ਕਦੇ ਸੋਚਿਆ ਨਹੀਂ ਸੀ ਕਿ ਵਿਧਾਨ ਸਭਾ ਜਾਵਾਂਗੇ। ਮੈਂ ਧੰਨਵਾਦ ਕਰਦਾ ਮੇਰੀ ਪਾਰਟੀ ਦਾ ਅਤੇ ਰਿਣੀ ਆ ਮੇਰੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ। ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਕਿੰਨਾ ਜ਼ਹਿਰ ਭਰਿਆ ਉਹਨਾਂ ਦੇ ਮਨਾਂ ਦੇ ਵਿੱਚ। ਉਹ ਸੋਚਦੇ ਆ ਕਿ ਲਾਭ ਸਿੰਘ ਉੱਗੋ ਕੇ ਜਾਂ ਜਿਹੜੇ ਹੋਰ ਕਿਰਤ ਕਰਨ ਵਾਲੇ ਲੋਕ ਆ ਉਹ ਸਾਡੇ ਜਿਹੜੇ ਚੰਦ ਧਨਾੜ ਲੋਕ ਨੇ ਜਿਨ੍ਹਾਂ ਨੂੰ ਜੰਮਦਿਆਂ ਨੂੰ ਚਾਂਦੀ ਦੇ ਚਮਚੇ ਰਾਜਨੀਤੀ ਦੇ ਰੂਪ ਦੇ ਵਿੱਚ ਮਿਲ ਗਏ, ਉਹਨਾਂ ਨੂੰ ਲੱਗਦਾ ਸੀ, ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਸਾਡੇ ਪੈਰ ਦੀ ਜੁੱਤੀ ਸਮਝੇ ਜਾਣ ਵਾਲੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਔਰ ਭਾਰਤ ਦਾ ਸੰਵਿਧਾਨ ਉਹਨਾਂ ਦੇ ਸਾਹਮਣੇ ਬਿਠਾ ਦੂਗਾ। ਮੈਂ ਨਤਮਸਤਕ ਹਾਂ ਬਾਬਾ ਸਾਹਿਬ ਦੀ ਉਸ ਸੋਚ ਨੂੰ ਕਿ ਉਹਨਾਂ ਨੇ ਕਿੰਨਾ ਲੰਮਾ ਸਮਾਂ ਪਹਿਲਾਂ ਇਹ ਚੀਜ਼ ਸੋਚੀ ਕਿ ਇਸ ਸਮਾਜ ਦੇ ਨਾਲ ਜਿਹੜਾ ਵਿਤਕਰਾ ਅੱਜ ਹੋ ਰਿਹਾ ਇਹ ਆਉਣ ਵਾਲੀਆਂ ਸਦੀਆਂ ਤੋਂ ਬਾਅਦ ਵੀ ਇਹ ਚੱਲੂਗਾ। ਸੋ ਉਹਨਾਂ ਨੇ ਸਾਨੂੰ ਉਹ ਹੱਕ ਦਿੱਤੇ, ਸਾਨੂੰ ਇਹ ਜਿਹੜੀ ਮੇਨ ਧਾਰਾ ਸੀ ਉਹਦੇ ਵਿੱਚ ਆਉਣ ਦਾ ਸਾਨੂੰ ਹੱਕ ਦਿੱਤਾ ਅਤੇ ਉਹ ਸਾਡੇ ਸੰਵਿਧਾਨ ਦੇ ਵਿੱਚ ਲਿਖ ਕੇ ਗਏ ਕਿ ਇਸ ਸਮਾਜ ਨੂੰ ਅੱਗੇ ਵਧਣ ਲਈ ਆਹ ਹੱਕ ਚਾਹੀਦੇ ਆ। ਪਰ ਜੇਕਰ ਬਾਬਾ ਸਾਹਿਬ ਸਾਨੂੰ ਉਹ ਹੱਕ ਨਾ ਲੈ ਕੇ ਦਿੰਦੇ, ਸੰਵਿਧਾਨ ਦੇ ਵਿੱਚ ਸ਼ਾਇਦ ਉਹ ਸਾਡੇ ਲਈ ਉਹ ਚੀਜ਼ਾਂ ਨਾ ਲਿਖੀਆਂ ਜਾਂਦੀਆਂ, ਤਾਂ ਅੱਜ ਮੇਰੇ ਪਿੱਛੇ ਬੈਠੇ ਸ਼ਾਇਦ ਸਾਹਮਣੇ ਬੈਠਿਆਂ 'ਚ ਵੀ ਬੜੇ ਸਾਡੀਆਂ ਭੈਣਾਂ ਸਾਡੇ ਭਰਾ ਸ਼ਾਇਦ ਇਹਨਾਂ ਦੇ ਘਰਾਂ ਦੇ ਵਿੱਚ ਬੰਧੂਆਂ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਦੇ ਹੁੰਦੇ। ਇਹ ਸੋਚ ਜਿਹੜੀ 3 ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਉਹ ਜੱਗ ਜ਼ਾਹਿਰ ਕਰ ਗਿਆ। ਔਰ ਮੈਂ ਆਪਣੇ ਵੱਲੋਂ ਮੈਂ ਕੁਛ ਨਹੀਂ ਕਹਿਣਾ ਚਾਹੂੰਗਾ,
मैं मेरे समाज वालों उन्होंने किरती लोगों वालों ये कहना चाहूंगा कि बाजवा साहब तुम लाभ सिंह उगोके माड़ा नहीं किया, मोबाइल रिपेयर की दुकान नहीं माड़ा किया, सारे दलित समाज को माड़ा किया, तुसी किरत करन वाले उन्हां करोड़ां लोकां नूं माड़ा कहा जिहड़े सवेर तो लैके शाम तक ते कई रात तो लैके सवेर तक कम करके अपने परिवार का पेट पालदे आ, तुहाडे वांगू झूठ बोल बोल के सत्ता दीआं कुर्सियां हाथ